ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਨਰਾਤਿਆਂ ਦੇ 6ਵੇਂ ਦਿਨ ਮਾਂ ਕਾਤਿਆਇਨੀ ਦੀ ਪੂਜਾ ਕੀਤੀ ਜਾਂਦੀ ਹੈ। ਸੋਨੇ ਦੇ ਸਰੀਰ ਵਾਲੀ ਮਾਂ ਕਾਤਿਆਇਨੀ ਦੀਆਂ 4 ਪੂਜਾਵਾਂ ਨੇ। ਇਹਨਾਂ ਦੇ 2 ਹੱਥਾਂ ਵਿੱਚ ਤਲਵਾਰ ਅਤੇ ਕਮਲ ਦਾ ਫੁੱਲ ਹੈ, ਜਦਕਿ 2 ਹੱਥ ਵਾਰ ਅਤੇ ਅਭੇ ਮੁਦਰਾ ਵਿੱਚ ਆਪਣੇ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਨੇ। ਇਹਨਾਂ ਦੀ ਪੂਜਾ ਨਾਲ ਭਗਤਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਅਜਿਹੀ ਮਾਨਤਾ ਹੈ ਕਿ ਜਿਨ੍ਹਾਂ ਦੇ ਵਿਆਹ 'ਚ ਕੋਈ ਮੁਸ਼ਕਿਲ ਆਉਂਦੀ ਹੈ ਉਹਨਾਂ ਨੂੰ ਮਾਂ ਕਾਤਿਆਇਨੀ ਦੀ ਪੂਜਾ ਕਰਨੀ ਚਾਹੀਦੀ ਹੈ, ਜਿਸ ਨਾਲ ਉਹਨਾਂ ਨੂੰ ਮਨਚਾਹਾ ਵਰ ਪ੍ਰਾਪਤ ਹੋ ਜਾਂਦਾ ਹੈ। ਮਾਂ ਦੇ 6ਵੇਂ ਰੂਪ ਦਾ ਨਾਂ ਕਾਤਿਆਇਨੀ ਹੈ। ਮਾਨਤਾ ਹੈ ਕਿ ਮਹਾਰਿਸ਼ੀ ਕਾਤਿਆਨ ਨੇ ਮਾਂ ਭਗਵਤੀ ਨੂੰ ਆਪਣੀ ਪੁੱਤਰੀ ਦੇ ਰੂਪ ਵਿੱਚ ਪ੍ਰਾਪਤ ਕਰਨ ਦੀ ਇੱਛਾ ਦੇ ਨਾਲ ਜੰਗਲ ਵਿੱਚ ਕਠੋਰ ਤਪੱਸਿਆ ਕੀਤੀ ਸੀ। ਮਹਾਰਿਸ਼ੀ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਤੀ ਨੇ ਉਹਨਾਂ ਨੂੰ ਪੁੱਤਰੀ ਦਾ ਵਰਦਾਨ ਦਿੱਤਾ। ਉਸ ਤੋਂ ਬਾਅਦ ਮਹਿਸ਼ਾਸੁਰ ਨਾਮ ਦੇ ਇੱਕ ਰਾਕਸ਼ਸ ਦੇ ਜ਼ੁਲਮ ਤੋਂ ਮੁਕਤੀ ਦਿਵਾਉਣ ਲਈ ਤ੍ਰਿਦੇਵਾਂ ਦੇ ਤੇਜ ਨਾਲ ਇੱਕ ਕੰਨਿਆ ਦਾ ਜਨਮ ਹੋਇਆ, ਜਿਸ ਨੇ ਆਪਣੀ ਅਸੀਮ ਸ਼ਕਤੀ ਅਤੇ ਤੇਜ ਦੇ ਜ਼ੋਰ ਨਾਲ ਮਹਿਸ਼ਾਸੁਰ ਦਾ ਅੰਤ ਕਰ ਦਿੱਤਾ। ਦੇਵੀ ਦੁਰਗਾ ਦਾ ਰੂਪ ਅਤਿਅੰਤ ਵਿਸ਼ਾਲ ਅਤੇ ਸੁੰਦਰ ਮੰਨਿਆ ਜਾਂਦਾ ਹੈ। ਨਰਾਤਿਆਂ ਦੇ 6ਵੇਂ ਦਿਨ ਮਾਂ ਕਾਤਿਆਇਨੀ ਦੇਵੀ ਦੀ ਪੂਜਾ ਪੂਰੇ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ। ਇਹਨਾਂ ਦੀ ਪੂਜਾ ਨਾਲ ਭਗਤਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਮਾਂ ਦੀ ਪੂਜਾ ਕਰਨ ਨਾਲ ਸਾਰੇ ਦੁੱਖ ਤੇ ਡਰ ਖਤਮ ਹੋ ਜਾਂਦੇ ਨੇ ਤੇ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।